कोविड की महामारी के चलते पूरी दुनिया कोविड की चपेट में आ गई है और लोग घरों में सिमट कर रह गए हैं। यहाँ कोविड के चलते एक नई चीज़ देखने को मिली कि लोगों को ऑक्सीजन की कमी हो रही है और ऑक्सीजन लोगों को सही ढंग से पूरी नहीं हो रही है। इस कमी को देखते हुए जलालाबाद के कांग्रेसी विधायक रविंदर आंवला द्वारा जलालाबाद में ऑक्सीजन प्लांट की आज शुरुआत करी गई और कहा गया भी जिले के लोग उनके अपने हैं, उनके परिवार वाले हैं और जिले के लोगों का दुख दर्द उनका अपना दुख दर्द है और इसीलिए वह जिले में अब लोगों को ऑक्सीजन की कमी नहीं आने देंगे। और इस मौके उनके साथ वाइस चेयरमैन सुखविंदर सिंह काका भी मौजूद रहे और क्या हुआ, वह कौन कौन थे, विधायक ने क्या किया, ये सब जानने के लिए हमारी जलालाबाद से रिपोर्ट पत्रकार किशन टिवाना व रिंकू कुमार की अवश्य देखें। ਕੀ ਨਾਮ ਹੈ ਜੀ ਤੁਹਾਡਾ? ਨਵਦੀਪ ਕੁਮਾਰ ਹੈ ਜੀ। ਸਰ, ਜਿਹੜਾ ਅੱਜ ਉਪਰਾਲਾ ਕੀਤਾ ਗਿਆ ਤੁਹਾਡੇ ਜਿਹੜੇ ਆਕਸੀਜਨ ਪਲਾਂਟ ਤੋਂ, ਇਹ ਸਰ ਪਹਿਲੇ ਪਿਛਲੇ ਇੱਕ ਮਹੀਨੇ ਤੋਂ ਤਕਰੀਬਨ ਸਾਡੇ ਕੋਲ ਲਿਕੁਇਡ ਆਕਸੀਜਨ ਖਤਮ ਸੀ, ਜਿਸ ਕਰਕੇ ਸਾਡਾ ਪਲਾਂਟ ਬੰਦ ਸੀ। ਹੁਣ MLA ਸਾਹਿਬ ਦੇ ਯਤਨ ਸੀਗਾ ਅਤੇ ਪ੍ਰਸ਼ਾਸਨ ਦੇ ਯਤਨ ਸਰਕਾਰ ਸਾਨੂੰ ਲਿਕੁਇਡ ਮਿਲਿਆ, ਪਲਾਂਟ ਸ਼ੁਰੂ ਹੋ ਰਿਹਾ ਜੀ। ਅੱਜ MLA ਸਾਹਿਬ ਨੇ ਪਲਾਂਟ ਸ਼ੁਰੂ ਕੀਤਾ, ਹੁਣ ਲਿਕੁਇਡ ਆਕਸੀਜਨ ਸਾਡੇ ਕੋਲ ਹੈਗੀ ਹੈ, ਆਕਸੀਜਨ ਦੀ ਕਮੀ ਨਹੀਂ ਆਏਗੀ। ਸਰ, ਕਿੰਨੀ ਕੁ ਕੰਪੈਸਿਟੀ ਹੈ ਤਿਆਰ ਕਰਨ ਦੀ? ਇਹ ਤਾਂ ਸਰ ਜੀ ਆਪਣੀ ਲਿਕੁਇਡ ਆਕਸੀਜਨ ਅਵੇਲੇਬਲ ਹੋਏ ਤਾਂ ਰੋਜ਼ ਦੇ 700 ਸਿਲੰਡਰ ਆਪਾਂ ਪਹੁੰਚ ਸਕਦੇ 24 ਘੰਟੇ। ਇਹ ਜਿਹੜੇ ਸਿਲੰਡਰ ਤਿਆਰ ਕੀਤੇ ਜਾਣਗੇ ਉਸ ਤੋਂ ਬਾਅਦ ਕਿਹੜੇ ਸਥਾਨਾਂ ਤੱਕ ਪੁੱਜਦੇ ਹੋਣਗੇ? ਇਹ ਸਰ ਮੈਡੀਕਲ ਫੈਸਿਲਿਟੀ ਵਾਸਤੇ ਹੀ ਹੈ, ਸਿਰਫ ਹੋਸਪਿਟਲ ਜਿੱਥੇ ਵੀ ਮੈਡੀਕਲ ਐਮਰਜੈਂਸੀ ਉੱਥੇ ਜਿੱਤੇ ਜਾਣਗੇ। ਸਰ, ਅੱਜ ਆਕਸੀਜਨ ਪਲਾਂਟ ਸ਼ੁਰੂ ਕੀਤਾ ਗਿਆ, ਉਹਦੇ ਬਾਰੇ ਜਾਣਕਾਰੀ? ਅੱਜ ਅਸੀਂ ਇੱਥੇ ਆਕਸੀਜਨ ਪਲਾਂਟ ਸ਼ੁਰੂ ਕੀਤਾ ਔਰ ਇਹਦੇ ਨਾਲ ਤਕਰੀਬਨ 1500 ਸਿਲੰਡਰ ਸਾਡੇ ਭਰੇ ਜਾਣਗੇ, ਜਿਹੜਾ ਇਹਨਾਂ ਦੇ ਕੋਲ ਇਸ ਵੇਲੇ ਲਿਕੁਇਡ ਗੈਸ ਹੈਗੀ ਹੈ। ਔਰ ਮੈਂ ਪਲਾਂਟ ਵਾਲਿਆਂ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਨੂੰ ਲੱਗਦਾ ਕਿ ਸਾਨੂੰ ਤਕਰੀਬਨ 1.5 ਮਹੀਨੇ ਦਾ ਸਾਡਾ ਆਕਸੀਜਨ ਦਾ ਸਾਡਾ ਇੱਥੋਂ ਪੂਰਤੀ ਹੋਣੀ ਹੈ। ਕਿਸੇ ਚੀਜ਼ ਦੀ ਅਸੀਂ ਕਮੀ ਨਹੀਂ ਹੋਣ ਦੇਵਾਂਗੇ। ਅਸੀਂ ਪਹਿਲਾਂ ਵੀ ਕੋਈ ਵੀ ਪੇਸ਼ੈਂਟ ਆਇਆ ਸਾਡੇ ਕੋਲ, ਅਸੀਂ ਉਹਦੇ ਲਈ ਆਕਸੀਜਨ ਪ੍ਰੋਵਾਈਡ ਕਰਾਈ ਹੈ ਔਰ ਆਕਸੀਜਨ ਔਰ ਜੋ ਵੀ ਮੈਡੀਕਲ ਸਹੂਲਤਾਂ ਚਾਹੀਦੀਆਂ ਅਸੀਂ ਹਲਕੇ ਦੇ ਵਿੱਚ ਕਮੀ ਨਹੀਂ ਆਉਣ ਦੇਵਾਂਗੇ। ਘਰ ਘਰ ਜਾ ਕੇ ਅਸੀਂ ਵੈਕਸੀਨ ਵੀ ਕਰਾ ਰਹੇ ਹਾਂ, ਫ੍ਰੀ ਮੈਡੀਸਨਸ ਦਾ ਕੈਂਪ ਵੀ ਸਾਡਾ ਪਿੰਡਾਂ ਦੇ ਵਿੱਚ ਲੱਗ ਰਿਹਾ ਔਰ ਲੋਕ ਟੈਸਟਿੰਗ ਵੀ ਕਰਾਉਂਦੇ ਪਏ ਆ, ਵੈਕਸੀਨ ਵੀ ਕਰਾਉਂਦੇ ਪਏ ਆ। ਮੈਂ ਅਪੀਲ ਕਰਦਾ ਸਾਰਿਆਂ ਨੂੰ ਕਿ ਇਸ ਮਹਾਂਮਾਰੀ ਦੇ ਖਿਲਾਫ਼ ਸਰਕਾਰ ਦਾ ਅਤੇ ਸਾਡਾ ਸਾਥ ਦਿਓ ਤਾਂ ਜੋ ਆਪਾਂ ਇਹ ਲੜਾਈ ਹੈ ਉਹ ਜਲਦੀ ਜਿੱਤ ਸਕੀਏ। ਸਰ, ਪਰ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਜਿਹੜਾ ਪਲਾਂਟ ਬੰਦ ਸੀਗਾ, ਹੁਣ ਤੁਹਾਨੂੰ ਚਾਲੂ ਕਰਵਾਉਣ ਲਈ ਕਿੰਨਾ ਕੁ ਕਠਿਨ ਸਮਾਂ ਕਰਨਾ? ਦੇਖੋ, ਜਿਹੜੀ ਲਿਕੁਇਡ ਆਕਸੀਜਨ ਦੀ ਕਮੀ ਸੀ, ਪਰ ਅਸੀਂ CM ਹਾਊਸ ਤੋਂ ਨੂੰ ਰਿਕੁਐਸਟ ਕੀਤੀ, ਉਹਨਾਂ ਨੇ ਉੱਥੋਂ ਇੰਤਜ਼ਾਮ ਕਰਾ ਕੇ ਸਾਨੂੰ ਭਿਜਵਾਈ ਹੈ। ਅਸੀਂ ਕੈਪਟਨ ਅਮਰਿੰਦਰ ਸਿੰਘ ਜੀ ਦਾ, ਸੁਨੀਲ ਕੁਮਾਰ ਜਾਖੜ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਸ ਪਲਾਂਟ ਨੂੰ ਚਲਾਉਣ ਦੇ ਵਿੱਚ ਸਾਡਾ ਸਹਿਯੋਗ। ਸਰ, ਇੱਕ ਲੋਕ ਜਿਹੜੇ ਪਿੰਡਾਂ ਦੇ ਵਿੱਚ ਵੈਕਸੀਨ ਲਗਾਉਣ ਤੋਂ ਔਰ ਟੈਸਟਿੰਗ ਕਰਵਾਉਣ ਤੋਂ ਜ਼ਿਆਦਾ ਡਰ ਰਹੇ ਨੇ, ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋ? ਦੇਖੋ, ਅਸੀਂ ਇੱਕ ਘਰ ਘਰ ਮਿੰਨੀ ਹੋਸਪਿਟਲ ਦੀ ਅਸੀਂ ਇੱਕ ਸੇਵਾ ਸ਼ੁਰੂ ਕੀਤੀ ਹੈ। ਅਸੀਂ ਆਪਦੇ ਵੱਲੋਂ ਐਂਬੂਲੈਂਸ ਨਾਲ, ਡਾਕਟਰਸ ਨਾਲ, ਵੈਕਸੀਨ ਨਾਲ, ਮੈਡੀਸਨਸ ਫ੍ਰੀ ਘਰ ਘਰ ਭੇਜਦੇ ਪਏ ਹਾਂ ਔਰ ਜਿੱਥੇ ਪਿੰਡਾਂ ਦੇ ਵਿੱਚ ਰਿਮੋਟ ਏਰੀਆ ਆਪਣਾ, ਉੱਥੇ ਲੋਕਾਂ 'ਚ ਅਵੇਅਰਨੈਸ ਘੱਟ ਹੈ,
पर साड़ी टीम जाके काका कंबोज जी चेयरमैन साहब वो भी उन्होंने सारी टीम जिन्होंने एक काम संभालिया होया राकेश उतरेजा जी और सारे जाके उत्थे लोगों नू जागरूक करते हैं और उन्होंने दसते हैं कि वैक्सीन लगवाण दा आपां नू की फायदा है लोग हुण लगवाण भी लग गए और टैसटिंग भी करा जगह सिलेंडर ऑक्सीजन सिलेंडर की लोड़ पैंदी सीधा भी संपर्क कर सकते हैं बिल्कुल जदों मर्जी साढ़े नाल कोई भी संपर्क कर सकता असीं आपदे हैल्पलाइन नंबर दिते हुए है उहदे कोल जिथे भी लोड़ होगी असीं सिलेंडर आप भजवावां बहुत बहुत धन्यवाद ABN न्यूज चैनल देखने वाले सभी दर्शकों से हम अपील करते हैं कि ABN न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत।